किसान वीरो सत श्री अकाल। किसान वीरो अज असी तुहानू झोने की बिजाई की नवी तकनीक दे रूबरू करवाउण जा रहे हैं, जिस दे विच खर्चे काफ़ी ज़्यादा घटणगे, पानी का पद्धर भी उच्चा होवेगा ते इस तों इलावा जहरां की वरतों भी घटेगी। सो इस तकनीक का मुढ़ले तौर पर जेकर नाम वेख्या जाए तो इस चूंडी तकनीक चुटकी तकनीक भी कहा जाता है। जिमें कि पिछले कुछ सालों के दौरान लगातार कोशिशां कीतियां गईयां ने सुरेंद्र कुमार BTM नाभा द्वारा, जिन्होंने ड्रम सीडर की तकनीक नूं पंजाब दे विच लियांदा ते इस दे सफल तजर्बे किए ने। इस तरह ही उन्होंने पिछले कुछ अरसे तो चूंडी तकनीक दे विच काफ़ी ज़्यादा मेहनत की है ते उन्हां दी मेहनत रंग भी लियाई है। पिछले साल जिहड़े किसानां ने इस तकनीक नाल झोने की बिजाई की सी, इस बार उन्होंने किन्नी का अगे रकबा वधाया है, इस तो अलावा खादा की ने ते इस दे विच बिजाई समय किन्ना कु खर्चा हुंदा है, किन्ने कु पानी लाउणे पैंदे ने ते पानी का खर्चा किन्ना कु ज़्यादा आ जांदा है, कि रवायती कद्दू वाली तकनीक नालों वधिया है जां फिर उस दे बराबर है जां इह तकनीक वधिया नहीं। सो सारे सवालों के जवाब खुद किसान देणगे, उहनां दे नाल डॉक्टर सुरेंद्र कुमार उन्होंने की कहा ते इस तो अलावा होर किसानां ने की दस्या इस नवी तकनीक संबंधी। आओ सुनिए सारी गल। सधनौली जी, तहसील नाभा, जिला पटियाला। ਵਿਧੀ ਬ੍ਰਦਰ ਬਸ ਦਿਮਾਗ 'ਚ ਆ ਗਈ ਸੀ ਪਿਛਲੇ ਸਾਲ ਵੀ ਅਸੀਂ 2.5-3 ਕੁ ਬਿਘੇ ਥੋਂ ਲਾਇਆ ਸੀ, ਸਾਨੂੰ ਉਹਦਾ ਰਿਜ਼ਲਟ ਬਹੁਤ ਵਧੀਆ ਲੱਗਿਆ। ਢਿੱਲੋਂ ਸਾਹਿਬ ਵੀ ਆਏ ਤੇ ਆਪਣੇ, ਤੁਸੀਂ ਵੀ ਮੌਕੇ 'ਤੇ ਆਏ ਤੇ ਉਦੋਂ ਉਹਨੂੰ ਦੇਖਦੇ, ਇੱਕ ਤਾਂ ਖਰਚ ਘੱਟ ਆ ਜੀ, ਪਨੀਰੀ ਬੀਜਣ ਦੀ ਲੋੜ ਨਹੀਂ ਰਹਿੰਦੀ, ਪਾਣੀ ਦੀ ਬੱਚਤ ਆ ਬਹੁਤ ਜੀ, ਸਪਰੇਹਾਂ ਦੀ ਬੱਚਤ ਆ ਬਹੁਤ ਆ, ਫਸਲ ਦਾ ਝਾੜ ਵਧੀਆ ਰਹਿੰਦਾ। ਇਹ ਬੱਚਤਾਂ ਨੂੰ ਦੇਖ ਕੇ ਫਿਰ ਅਸੀਂ ਇਹ ਅਸੀਂ 1 ਕਿੱਲਾ ਇਹਦਾ ਹੋਰ ਵਧਾ ਤਾ, 1.5 ਕਿੱਲਾ 10 ਕਿਸੇ ਜਗ੍ਹਾ ਘੱਟ ਹੈ, ਬਹੁਤ ਵਧੀਆ ਫਸਲ ਖੜੀ। ਅੱਜ 1 ਮਹੀਨਾ 5 ਦਿਨਾਂ ਦੀ ਹੋ ਗਈ। ਇਹਨੂੰ ਦੇਖ ਕੇ ਪਿਛਲੇ ਸਾਲ ਵਾਲੀ ਦੇਖ ਕੇ ਮੇਰਾ ਭਾਈ ਆ ਛੋਟਾ ਰਵਿੰਦਰ ਸਿੰਘ, ਇਹਨੇ ਵੀ 3.5 ਵਿਘੇ ਜਗ੍ਹਾ ਲਾਈ ਆ ਜੀ, ਇਹਨੇ PR 127 ਲਾਈ ਹੈ, ਬਹੁਤ ਵਧੀਆ ਫਸਲ ਖੜੀ ਆ ਇਹਦੀ, ਅੱਜ 1 ਮਹੀਨੇ ਦੀ ਹੋ ਗਈ, ਮੇਰੀ 1 ਮਹੀਨਾ 5 ਦਿਨਾਂ ਦੀ ਹੋ ਗਈ। ਕਿਵੇਂ ਵਿਧੀ ਕੀ ਹੈ ਪੂਰੀ ਲਾਉਣ ਦੀ? ਵਿਧੀ ਜੀ, ਜ਼ਮੀਨ ਆਪਾਂ ਜਿਵੇਂ ਆਪਾਂ ਆਮ ਤਿਆਰ ਕਰਦੇ ਹਾਂ ਜੀ, 2 ਵਾਰ ਹੈਰੋਂ ਹਲ ਸੁਹਾਗਾ ਮਾਰ ਕੇ ਜੀ, ਮੇਰੇ ਕੋਲ ਪਿਆਜ਼ ਲਾਉਣ ਵਾਲਾ ਪਲਾਂਟਰ ਤੀ, ਉਹਦੇ ਨਾਲ ਮੈਂ ਇਹ ਬੈੱਡ ਕੱਢੇ ਨੇ। ਪਹਿਲਾਂ ਮੈਂ ਪਿਆਜ਼ ਲਾਇਆ ਸੀ, ਇਹਦੇ 'ਚ 2-2 ਲਾਈਨਾਂ ਪਲਾਂਟਰ ਦੀਆਂ ਆਏ ਨੇ ਜੀ, ਅਤੇ ਪਿਆਜ਼ ਲਾਉਂਦੇ 1-1 ਕਿੱਲ ਮੈਂ ਵਿਚਾਲੇ ਆਪ ਲਾ ਤੀ, 7-8 ਇੰਚ 'ਤੇ ਇਹ ਜੀਰੀ ਲੱਗੀ ਹੋਈ ਹੈ। ਵਿਧੀ ਤਾਂ ਹੁਣ ਜੀ ਚੁਟਕੀ ਵਾਲਾ ਝੋਨਾ ਇਹਨੂੰ ਕਿਹਾ ਜਾ ਸਕਦਾ, ਬੈੱਡਾਂ ਦੇ ਉੱਪਰ ਚੁਟਕੀ ਨਾਲ ਲਾਇਆ ਹੋਇਆ ਝੋਨਾ ਦੀ ਬਿਜਾਈ, ਇਹ ਖਰਚ ਬਹੁਤ ਘੱਟ ਗਿਆ ਬ੍ਰਦਰ। ਇਹ ਕਿੰਨੇ ਜਾਣਿਆਂ ਨੇ ਲਾਤਾ? ਜਾਣੀ ਕਿ ਇਹ 5 ਜਾਣਿਆਂ ਨੇ 1.5 ਕਿੱਲਾ ਲਾਤਾ ਜੀ। ਕਿੰਨੇ ਖਰਚਾ ਆ? 300 ਰੁਪਏ ਦਿਹਾੜੀ ਦੇ ਹਿਸਾਬ ਨਾਲ, ਮੈਂ ਬੀਬੀਆਂ ਨੂੰ 300 ਰੁਪਏ ਦਿਹਾੜੀ ਦੇ ਹਿਸਾਬ ਨਾਲ ਦਿੰਦਾ, ਉਹਨੂੰ ਉਹ ਲੱਗ ਗਈਆਂ ਨੇ 5 ਦਿਨ 'ਚ, 1 ਦਿਨ 'ਚ 5 ਜਾਣੀਆਂ ਨੇ ਆਰਾਮਦਾਰੀ ਨਾਲ ਲਾਤਾ ਜੀ। ਸਵੇਰੇ 8:15-8 ਵਜੇ ਲੱਗ ਕੇ 6:15 ਨੂੰ ਫਤਿਹ ਹੋ ਗਿਆ ਸੀਗਾ। 1847 ਆ ਜੀ ਬੈਨੀਫਿਟ। ਪਿਛਲੇ ਸਾਲ ਜੀ ਸਪਰੇਹਾਂ ਦੀ ਬਹੁਤ ਬਿਮਾਰੀਆਂ ਨੂੰ ਲੱਗੀ, ਜਿਹੜੀ ਪਿਛਲੇ ਸਾਲ ਪੂਸਾ ਨੂੰ ਬਹੁਤ ਬਿਮਾਰੀਆਂ ਤੀਆਂ, ਸਾਡੀ ਬਿਮਾਰੀ ਤੋਂ ਰਹਿਤ ਤੀ। ਕਾਰਨ ਕੀ? ਸਵੈਲਡ ਤੀ, ਹਵਾ ਲੱਗਦੀ ਰਹਿੰਦੀ ਤੀ, ਹਵਾ ਲੱਗਣ ਕਾਰਨ ਜਾਂ ਤੇਲਾ ਵੀ ਨਹੀਂ ਪਿਆ ਜੀ, ਸੁੰਡੀ ਵੀ ਨਹੀਂ ਪਈ, ਤਕਰੀਬਨ ਨਾ ਮਾਤਰ ਤੀ ਜੀ, ਜਿਹੜੀ ਸਹਿਣ ਫਸਲ ਵੀ ਸਹਿਣ ਕਰ ਲੈਂਦੀ ਆ ਉਨੀ ਕੁ ਜ਼ਰੂਰ ਹੈਗੀ, ਪਰ ਇਹ ਨਹੀਂ ਹੈਗਾ ਵੀ ਆਪਾਂ ਸਪਰੇਅ ਨਾਲੇ ਉਹ ਸੁੰਡੀ ਮਾਰੀ ਆ, ਨਹੀਂ, ਕੁਦਰਤੀ ਆਪੇ ਮਰ। ਪਾਣੀ ਤਾਂ ਜੀ 70% ਵੱਜਦਾ ਆ, ਹੁਣ 1.5 ਕਿੱਲਾ ਜੀ, ਜੇ ਆਪਾਂ ਨੱਕਾ ਬਾਈ ਨੱਕੇ ਦੇ ਕਿਆਰੇ ਜਿਵੇਂ ਆਪਾਂ ਕਣਕ ਦੇ ਭਰਦੇ ਹਾਂ, 1 ਘੰਟਾ 10 ਮਿੰਟ 'ਚ ਆਰਾਮਦਾਰੀ ਨਾਲ ਭਰ ਜਾਂਦੀ ਹੈ ਜੀ। ਆਪਣੇ ਇਹਨਾਂ ਨੇ ਲਾਈ ਆ ਜੀ, ਮੈਨੂੰ ਦੇਖ ਕੇ ਆਪਣੇ ਅੰਮ੍ਰਿਤਸਰ ਤੋਂ ਬਲਰਾਜ ਸਿੰਘ ਨੇ ਜੀ, ਉਹਨਾਂ ਨੇ ਵੀ ਲਾਈ ਹੈ, 1 ਕ੍ਰਿਸ਼ਨ ਸਿੰਘ ਆ ਜੀ ਰੋਪੜ ਤੋਂ, ਉਹਨਾਂ ਨੇ 2 ਏਕੜ ਲਾਈ ਹੈ, 1 ਮੋਗੇ ਤੋਂ ਆ ਜੀ ਬੁੱਟਰ ਪਿੰਡ, ਉਹਨਾਂ ਨੇ 2 ਏਕੜ ਲਾਈ ਹੈ, ਉਹਨਾਂ ਦੀਆਂ ਵੀਡੀਓਆਂ ਮੇਰੇ ਕੋਲ ਆਈਆਂ ਨੇ, ਮੈਂ ਸੁਰਿੰਦਰ ਸਿੰਘ ਨੂੰ ਦੇ ਚੁੱਕਿਆ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਰਿੰਦਰ ਕੁਮਾਰ ਬਤੌਰ BTM ਆਤਮਾ ਸਕੀਮ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਭਾ ਤੋਂ ਆ ਗਏ। ਅਸੀਂ ਪ੍ਰਸਾਰ ਦਾ ਕੰਮ ਕਰਦੇ ਹਾਂ ਖੇਤਾਂ ਦੇ ਵਿੱਚ, ਨਵੀਂ ਟੈਕਨੋਲੋਜੀ ਨੂੰ ਉਤਸ਼ਾਹ ਕਰਨ ਦੇ ਵਿੱਚ ਅਸੀਂ ਮਦਦ ਕਰਦੇ ਹਾਂ ਕਿਸਾਨਾਂ ਦੀ। ਅਤੇ ਜਿਵੇਂ ਕਿ ਸਾਡੇ ਧਰਮ ਸਿੰਘ ਜੀ ਨੇਗੇ, ਇਹਨਾਂ ਨੇ ਪਿਛਲੇ ਸਾਲ ਵੀ ਇਹ ਬੈੱਡਾਂ 'ਤੇ ਝੋਨਾ ਲਾਇਆ ਸੀਗਾ ਚੁਟਕੀ ਵਿਧੀ ਨਾਲ, ਇੱਥੇ ਅਸੀਂ ਇੱਕ ਫੀਲਡ ਡੇ ਵੀ ਕੀਤਾ ਸੀ ਜਿਹਦੇ ਸਾਡੇ ਮਾਣਯੋਗ ਖੇਤੀਬਾੜੀ ਅਫਸਰ ਕੁਲਦੀਪ ਇੰਦਰ ਸਿੰਘ ਢਿੱਲੋਂ ਵੀ ਆਏ ਸੀ, ਉਹਨਾਂ ਨੇ ਵੀ ਇਹਨਾਂ ਨੂੰ ਬਹੁਤ ਸਲਾਹਿਆ ਸੀਗਾ ਅਤੇ ਕਿਹਾ ਸੀਗਾ ਵੀ ਬਹੁਤ ਵਧੀਆ ਕੰਮ ਕਰ ਰਹੇ ਨੇਗੇ। ਅਤੇ ਇਸ ਸਾਲ ਵੀ ਇਹਨਾਂ ਨੇ ਲਾਇਆ ਹੈਗਾ, ਇਸ ਸਾਲ ਵੀ ਅਸੀਂ ਦੇਖ ਰਹੇ ਹਾਂਗੇ ਵੀ ਚਲੋ ਇਹਦੀ ਸਰੇਖਣ ਕਰ ਰਹੇ ਹਾਂਗੇ ਵੀ ਇਹ ਵਿਧੀ ਕਿਵੇਂ ਹੈਗੀ, ਜਿੱਥੋਂ ਤੱਕ ਇਹਨਾਂ ਦਾ ਦੇਖ ਸਵਾਲ ਆ ਜਾਂ ਅਸੀਂ ਮੈਂ ਦੇਖਿਆ ਹੈਗਾ ਅਤੇ ਇਹਦੇ ਨਾਲ ਬਹੁਤ ਖਰਚਾ ਵੀ ਘੱਟ ਰਿਹਾ ਹੈਗਾ ਅਤੇ ਨਾਲ ਪਾਣੀ ਦੀ ਬੱਚਤ ਬਹੁਤ ਹੋ ਰਹੀ ਹੈਗੀ, ਕਿਉਂਕਿ ਬੈੱਡਾਂ 'ਤੇ ਬੀਜਣ ਕਾਰਨ
ਪਾਣੀ 1 ਘੰਟੇ ਚ ਪੂਰਾ 1.5 ਕਿੱਲੇ ਲੱਗ ਜਾਂਦੇ ਨਹੀਂ ਤਾਂ ਸਾਨੂੰ ਬਹੁਤ ਪਾਣੀ ਪਾਉਣਾ ਪੈਂਦਾ ਕੰਪੈਰੀਜ਼ਨ ਪਿਛਲੇ ਸਾਲ ਜਿਹੜਾ ਰਿਹਾ ਤਜਰਬਾ ਉਹ ਕਿਵੇਂ ਰਿਹਾ ਪਿਛਲੇ ਸਾਲ ਮੈਨੇ ਇੱਥੇ ਕ੍ਰੌਪ ਕਟਿੰਗ ਵੀ ਕੀਤੀ ਸੀ ਕਿ ਮੇਰੇ ਹਿਸਾਬ ਨਾਲ 37 ਕੁਇੰਟਲ ਝਾੜ ਲਿੱਤਾ ਸੀ ਅਸੀਂ ਨੇ ਠੀਕ ਹੈ ਤੇ ਤਜਰਬਾ ਇਹਨਾਂ ਸਪਰੇਹਾਂ ਦਾ ਵੀ ਕੋਈ ਨਹੀਂ ਖਰਚਾ ਸੀਗਾ ਇੱਕ ਸਪਰੇਅ ਕੀਤੀ ਜਿਹੜੀ ਲਾਸਟ ਤੇ ਆ ਕੇ ਵੈਸੇ ਉਹ ਐਜ ਏ ਪ੍ਰੀਕੋਸ਼ਨ ਨਹੀਂ ਕੋਈ ਬਿਮਾਰੀ ਜਾਂ ਠਮਾਰੀ ਕੁਛ ਨਹੀਂ ਸੀਗੀ ਸਾਰੇ ਆਏ ਸੀ ਸਾਰਿਆਂ ਨੇ ਬਹੁਤ ਦੇਖਿਆ ਗਾ ਫੀਲਡ ਡੇ ਬਣਾਇਆ ਸੀਗਾ ਤੇ ਇਸ ਸਾਲ ਵੀ ਸਾਨੂੰ ਲੱਗਦਾ ਕਿ ਜਿਵੇਂ ਲਾਈਨਾਂ 'ਚ ਹਵਾ ਪੈ ਰਹੀ ਹੈਗੀ ਸਾਰਾ ਕੁਛ ਹੋ ਰਿਹਾ ਤੇ ਇਹਦੇ ਨਾਲ ਕੋਈ ਜਿਹਨੇ ਪੈਸੇ ਦਾ ਅਟੈਕ ਨਹੀਂ ਹੋਏਗਾ ਤੇ ਬਾਕੀ ਅਸੀਂ ਟਾਈਮ ਟੂ ਟਾਈਮ ਇਹਦੀ ਵਾਚ ਕਰ ਰਹੇ ਹਾਂਗੇ ਤੇ ਦੇਖ ਰਹੇ ਹਾਂ ਵੀ ਕੀ ਆ ਆਉਣ ਵਾਲੇ ਟਾਈਮ ਦੇ ਵਿੱਚ ਕਿਵੇਂ ਰਹੇਗਾ ਤੇ ਸਾਨੂੰ ਲੱਗਦਾ ਇਹਦੇ ਨਾਲ ਪਾਣੀ ਦੀ ਬੱਚਤ ਹੈਗਾ ਤੇ ਸਿੱਧੀ ਇਹਨੇ ਡਾਇਰੈਕਟ ਸੀਡਿੰਗ ਹੋਈ ਹੋਈ ਹੈਗੀ ਕੋਈ ਮਸ਼ੀਨਰੀ ਨਹੀਂ ਗੀ ਜਿਵੇਂ ਕੱਦੂ ਦੇ ਟਾਈਮ 'ਚ ਅਸੀਂ 4 ਤੋਂ 5 ਹਜ਼ਾਰ ਰੁਪਏ ਲਵਾਈ ਦੇ ਰਹੇ ਹਾਂਗੇ ਉਹ ਵੀ ਸਿੱਧੀ ਬਚ ਰਹੀ ਹੈ ਇਹਨਾਂ ਦੀ ਹਨਾ ਨਦੀਨਾਂ ਦੀ ਵੀ ਕੋਈ ਐਡੀ ਪ੍ਰੋਬਲਮ ਨਹੀਂ ਆਈ ਇੱਕ ਸਪਰੇਅ ਕੀਤਾ ਸੀਗਾ ਇਹਨਾਂ ਨੇ ਗੇ ਪੈਂਡੀਮੈਥਲਿਨ ਦਾ ਗਾ ਤੇ ਮੈਨੂੰ ਮੇਰੇ ਹਿਸਾਬ ਤਾਂ ਇਹ ਕਈ ਹੋਰ ਪਿੰਡਾਂ 'ਚ ਲੱਗੀ ਇੱਥੋਂ ਵੀ ਸਾਨੂੰ ਥੋੜ੍ਹੇ ਜਿਹੇ ਆ ਰਹੇ ਨੇਗੇ ਰੈਫਰੈਂਸ ਆ ਰਹੇ ਨੇਗੇ ਉਹ ਵੀ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਗੀ ਜੇ ਇਹ ਹੋ ਜਾਵੇ ਤਾਂ ਮੈਨੂੰ ਲੱਗਦਾ ਕਿ ਜਿਵੇਂ ਹਿੰਮਸ ਬਣ ਜਾਂਦਾ ਗਾ ਪਾਣੀ ਖੜਨ ਨਾਲ ਉਹ ਘਟ ਜੂਗਾ ਤੇ ਸਾਡੇ ਪੰਜਾਬ ਦਾ ਵਾਤਾਵਰਨ ਸਹੀ ਹੋ ਸਕਦਾ ਗਾ ਕਿਉਂਕਿ ਘੱਟ ਪਾਣੀ ਤੇ ਘੱਟ ਪਾਣੀ ਨਾਲ ਤੇ ਇਹ ਘੱਟ ਹਿੰਮਸ ਪੈਦਾ ਹੋਊਗਾ ਜਿਹੜਾ ਵਿਭਾਗ ਹੈ ਤੁਹਾਡਾ ਕਿਵੇਂ ਇਸ ਚੀਜ਼ ਨੂੰ ਠੀਕ ਲੱਗਿਆ ਤੁਹਾਨੂੰ ਹਾਲੇ ਸਾਨੂੰ ਠੀਕ ਲੱਗਿਆ ਗਾ ਆਉਣ ਵਾਲੇ ਅਸੀਂ 2-3 ਸਾਲ ਅਸੀਂ ਦੇ ਰਹੇ ਨੇ ਟ੍ਰਾਇਲ ਚੱਲ ਰਹੇ ਹੈਗੇ ਟ੍ਰਾਇਲਾਂ ਤੋਂ ਬਾਅਦ ਜੇ ਇਹਨੂੰ ਵਧੀਆ ਤਾਂ ਅਸੀਂ ਅੱਗੇ ਰਿਕਮੈਂਡ ਕਰਾਂਗੇ ਕਿਸਾਨ ਭਰਾਵਾਂ ਨੂੰ ਕੀ ਕਹੋਗੇ ਕਿਸਾਨ ਭਰਾਵਾਂ ਨੂੰ ਕਹਾਂਗੇ ਕਿ ਕੋਈ ਨਵੀਂ ਇਨੋਵੇਸ਼ਨ ਕਰਦੇ ਰਹੋ ਜਿਹਦੇ ਨਾਲ ਸਾਡਾ ਅਸੀਂ ਸਾਡਾ ਮੇਨ ਮਕਸਦ ਹੈਗਾ ਪਾਣੀ ਬਚਾਉਣਾਗਾ ਵਾਤਾਵਰਨ ਬਚਾਉਣਾਗਾ ਤੇ ਕਿਸਾਨੀ ਦੇ ਖਰਚਿਆਂ ਨੂੰ ਘਟਾਉਣਾਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਿੰਦਰ ਸਿੰਘ ਪਿੰਡ ਸਨੌਲੀ ਤੋਂ ਜਿਵੇਂ ਕਿ ਠੀਕ ਹੈ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੇ ਪਿਛਲੇ ਸਾਲ ਦੀ ਤਰ੍ਹਾਂ ਝੋਨਾ ਜਿਹੜਾ ਹੈਗਾ ਇਸ ਵੀ ਉਸ ਵਿਧੀ ਨਾਲ ਜਿਹੜਾ ਲਾਇਆ ਤੇ ਰਿਜ਼ਲਟ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਵਧੀਆ ਹੈਗਾ ਆ ਦੇਖੋ ਬਸ ਇਦਾਂ ਸੀਗਾ ਕਿ ਜਿਵੇਂ ਆਪਾਂ ਜੀਰੀ ਨੂੰ ਲਾਉਣ ਦੀਆਂ ਬਹੁਤ ਸਾਰੀਆਂ ਵਿਧੀਆਂ ਨੇ ਆਪਾਂ ਦੇਖਦੇ ਹੈਗੇ ਆ ਕਿ ਦੇਖਿਆ ਕਿ ਸਬਜ਼ੀ ਦੀ ਤਰ੍ਹਾਂ ਆਪਾਂ ਇਹਨੂੰ ਲਾ ਲਈਏ ਬਸ ਬੈਠੇ ਸੀਗੇ ਬਸ ਪਰਮਾਤਮਾ ਵੱਲੋਂ ਕਿ ਕਹਿ ਲਓ ਵਿਚਾਰ ਇਸ ਤਰੀਕੇ ਨਾਲ ਆਇਆ ਸੀ ਤੇ ਆਪਾਂ ਨੇ ਕੀਤਾ ਤੇ ਵੀ ਇੱਕ ਵਾਰ ਕਰਕੇ ਦੇਖ ਲਓ ਪਹਿਲਾਂ ਆਪਾਂ ਨੇ ਇੱਕ ਟ੍ਰਾਇਲ ਕੀਤਾ ਸੀਗਾ ਟ੍ਰਾਇਲ ਪਾਸ ਹੋਇਆ ਤੇ ਹੁਣ ਆਪਾਂ ਇਹਨੂੰ ਅੱਗੇ ਵੀ ਹੋਰ ਕਿਸਾਨਾਂ ਨੂੰ ਵੀ ਕਹਿ ਰਹੇ ਹਾਂ ਆਪ ਵੀ ਥੋੜ੍ਹਾ ਵੱਧ ਜਗ੍ਹਾ ਦੇ ਵਿੱਚ ਕਰਕੇ ਦੇਖਿਆ ਹੈਗਾ ਆ ਇਹ ਟ੍ਰਾਇਲ ਤਾਂ ਦੇਖੋ ਪਾਸ ਹੈਗਾ ਆ ਸਾਰਿਆਂ ਨੇ ਕੀਤਾ ਵੀ ਖਰਚਾ ਵੀ ਘਟ ਗਿਆ ਆਪਣਾ ਪ੍ਰੋਫਿਟੇਬਿਲਟੀ ਆ ਜਿਹੜੀ ਉਹ ਵੀ ਵੱਧ ਗਈ ਹੁਣ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਆਪਾਂ ਸਾਰੇ ਕਹਿ ਰਹੇ ਹਾਂ ਕਿ ਪੰਜਾਬ ਦਾ ਪਾਣੀ ਬਚਾਉਣਾ ਹੈਗਾ ਆ ਅਸੀਂ ਖਰਚਾ ਘਟਾਉਣਾ ਆ ਬਟ ਉਹਦੇ ਲਈ ਉਪਰਾਲਾ ਕੀ ਹੈ ਸੋ ਇਹ ਲੱਗਦਾ ਹੈ ਕਿ ਤੁਹਾਡੇ ਅੱਖਾਂ ਦੇ ਸਾਹਮਣੇ ਹੈ ਤੁਸੀਂ ਸਾਡੇ ਨਾਲ ਜਾਣਕਾਰੀ ਵਗੈਰਾ ਜੋ ਵੀ ਕੁਛ ਹੈਗਾ ਅਸੀਂ ਤੁਹਾਨੂੰ ਸਾਰਾ ਕੁਝ ਸਾਂਝਾ ਕਰਨ ਨੂੰ ਤਿਆਰ ਹਾਂ ਕਿ ਇਸ ਤਰੀਕੇ ਦੇ ਨਾਲ ਆਪਣੀ ਖੇਤੀ ਜਿਹੜੀ ਹੈਗੀ ਆ ਉਹਨੂੰ ਕਰੋ ਆਪਣੀ ਪ੍ਰੋਫਿਟੇਬਿਲਟੀ ਵਧੇਗੀ ਆਪਣਾ ਖਰਚਾ ਘਟੇਗਾ ਕਿਸਾਨ ਬਚੇਗਾ ਤੇ ਪੰਜਾਬ ਬਚੇਗਾ ਪਾਣੀ ਬਚੇਗਾ ਇੰਨੀ ਕੁ ਬੇਨਤੀ ਮੋਟੇ ਤੌਰ ਤੇ ਕੀ ਤੁਹਾਡਾ ਬੈਨੀਫਿਟ ਕੀ ਹੋਇਆ ਤੁਹਾਨੂੰ ਦੇਖੋ ਬੈਨੀਫਿਟ ਵਾਲੀ ਜਿਹੜੀ ਆਪਾਂ ਗੱਲ ਕਰਦੇ ਹੈਗੇ ਆ ਕਿਸਾਨ ਨੂੰ ਸਭ ਤੋਂ ਪਹਿਲਾਂ ਇਹ ਚੀਜ਼ ਹੈ ਕਿ ਖਰਚਾ ਕਿਵੇਂ ਘੱਟ ਕਰਨਾ ਆ ਦੂਸਰਾ ਸਮਾਂ ਵੀ ਬਚ ਗਿਆ ਤੀਸਰੇ ਨੰਬਰ ਤੇ ਇੱਕ ਲੇਬਰ ਦੀ ਆਪਾਂ ਸਾਰਿਆਂ ਨੂੰ ਪਤਾ ਕਿ ਲੇਬਰ ਦੀ ਸ਼ਾਰਟੇਜ ਬਹੁਤ ਹੈਗੀ ਆ ਠੀਕ ਹੈ ਪਨੀਰੀ ਜਿਹੜੀ ਹੈਗੀ ਆ ਉਹਦੀ ਨਹੀਂ ਜ਼ਰੂਰਤ ਬਸ ਸਿੱਧੇ ਆਪਾਂ ਨੇ ਬੈੱਡ ਜਿਹੜੇ ਹੈਗੇ ਨੇ ਬਣਾਓ ਦੈਨ ਉਸ ਤੋਂ ਬਾਅਦ ਦੇ ਵਿੱਚ ਚੁਟਕੀਆਂ ਦੇ ਨਾਲ ਜਿਹੜਾ ਹੈਗਾ ਉਹਦੇ 'ਚ ਬੀਜ ਜਿੰਨਾ ਵੀ ਆਉਂਦਾ 2-4 ਉਹ ਆਪਾਂ ਉਸ ਤਰੀਕੇ ਨਾਲ ਲਾ ਸਕਦੇ ਹੈਗੇ ਆ ਇਹ ਵਿਧੀ ਜਿਹੜੀ ਕਿਸਾਨ ਵੀਰਾਂ ਨੂੰ ਕਿਉਂ ਵਧੀਆ ਹੈ ਉਹਦੇ ਵਾਸਤੇ ਆਪਾਂ ਦੱਸਾਂਗੇ ਵੀ ਇਹ ਵਿਧੀ ਇੱਕ ਤਾਂ ਪਾਣੀ ਦੀ ਬੱਚਤ ਬਹੁਤ ਹੈ ਇਹਦੇ ਨਾਲ ਪਾਣੀ ਨਾ ਮਾਤਰ ਹੀ ਲੱਗਦਾ ਇਹਨੂੰ ਸੁੱਕੇ ਵਿੱਚ ਲੱਗਦੀ ਹੈ ਬੈੱਡ ਬਣਾ ਕੇ ਇਹਦੇ ਉੱਪਰ ਆਪਣੇ ਦਾਣਾ ਦਾਣਾ ਲਾਉਣਾ ਇੱਕ ਇੱਕ ਦਾਣਾ ਅਤੇ ਲੇਬਰ ਦੀ ਬਹੁਤ ਬੱਚਤ ਹੈ ਇਸਦੀ ਲੇਬਰ ਨਾ ਮਾਤਰ ਹੀ ਹੈ ਇੱਕ ਦਿਹਾੜੀ 'ਚ ਮੇਰੇ 3 ਬੰਦੇ ਕਿੱਲਾ ਲਾ ਦਿੰਦੇ ਨੇ 400 ਰੁਪਏ ਦਿਹਾੜੀ ਲੈ ਕੇ ਆਪਾਂ 1200 ਰੁਪਏ 'ਚ ਕਿੱਲਾ ਲਾ ਗਿਆ ਜਦੋਂ ਕਿ ਜੇ ਪਨੀਰੀ ਬੀਜਦੇ ਹਾਂ ਤਾਂ ਉਹ 4000 ਰੁਪਏ ਕਿੱਲਾ 4500 ਰੁਪਏ ਕਿੱਲਾ ਲੇਬਰ ਲੈਂਦੀ ਆ ਗਾਹਣ ਕਰਨਾ ਪੈਂਦਾ ਪਾਣੀ ਖੜਾਉਣਾ ਪੈਂਦਾ ਬਹੁਤ ਜ਼ਿਆਦਾ ਉਹਦੀ ਲਾਗਤ ਹੈ ਪੈਸੇ ਦੀ ਪਾਣੀ ਦੀ ਅਤੇ ਲੇਬਰ ਦੀ ਬਹੁਤ ਵੇਸਟੇਜ ਹੁੰਦੀ ਹੈ ਜਿਹੜੀ ਇਹ ਵਿਧੀ ਹੈ ਇਹ ਵਿਧੀ ਨਾਲ ਮਤਲਬ ਕਿਸਾਨ ਦੀ ਮਤਲਬ ਕੋਈ ਨੁਕਸਾਨ ਨਹੀਂ ਸਿਰਫ ਇੱਕ ਦਿਹਾੜੀ 'ਚ ਮਤਲਬ ਕਿੱਲਾ ਲੱਗ ਜਾਂਦਾ ਅਤੇ ਬਹੁਤ ਸੌਖਾ ਅਤੇ ਮਤਲਬ ਆਸਾਨ ਤਰੀਕਾ ਹੈ ਜੀ ਅਤੇ ਬੱਚਤ ਇਹਦੇ ਨਾਲ ਪਾਣੀ ਦੀ ਬਹੁਤ ਬੱਚਤ ਹੈ ਜੀ ਲੱਖਾਂ ਟਨ ਮਣ ਜਿਹੜੇ ਪਾਣੀ ਖਰਾਬ ਹੁੰਦਾ ਸਾਡਾ ਉਹਦੀ ਬੱਚਤ ਹੈ ਸਿਰਫ ਵੱਤ ਪਾਣੀ ਦੇਣਾ ਇਹਨੂੰ ਵੱਤ ਮਤਲਬ ਵੀ ਜਦੋਂ ਸੁੱਕੀ ਉਦੋਂ ਦੇਣਾ ਇਹਨੂੰ ਜਿਵੇਂ ਆਪਾਂ ਆਪਣੀ ਕਣਕ ਨੂੰ ਪਾਣੀ ਦਿੰਦੇ ਹਾਂ ਉਕਣੇ ਆਪਾਂ ਇਹਨੂੰ ਝੋਨੇ ਨੂੰ ਪਾਣੀ ਦੇਣਾ ਠੀਕ ਨਹੀਂ ਆਹ ਤੁਹਾਡੇ ਸਾਹਮਣੇ ਦੇਖ ਲਓ ਕਿੰਨੀ ਸੋਹਣੀ ਬਣੀ ਉੱਗੀ ਹੋਈ ਹੈ ਇਹ ਅਤੇ ਇਹ ਸਿਰਫ ਇਹਨੂੰ 1 ਮਹੀਨਾ ਹਾਲੇ ਹੋਇਆ